ਸਤਿ ਸ਼੍ਰੀ ਅਕਾਲ ਐਨੀਬਾਡੀ ਗੋਇੰਗ ਡਾਇਮੰਡ ਡਾਇਮੰਡ ਕ੍ਰੋਨ ਹਮਾਰਾ ਨਾਮ ਪਤਾ ਹੀ ਆਪਕੋ ਜੀਤਪਾਲ ਮਾਂਗਟ ਮੇਰੀ ਵਾਈਫ ਰਣਦੀਪ ਬਹੁਤ ਹੀ ਬੜੀਆ ਬਿਜ਼ਨਸ ਹੈ ਵੀ ਜਸਟ ਸਟਾਰਟਡ ਲਾਈਕ ਯੂ ਪਿੰਡ ਰਹਿੰਦੇ ਸੀਗੇ ਪੰਜਾਬੀ ਤਾਂ ਬੋਲ ਰਹੇ ਹੈ ਪਿੰਡ 'ਚ ਰਹਿੰਦੇ ਸੀਗੇ ਅਚਾਨਕ ਐਂਗਲ ਮਾਰਿਆ ਪੱਖਾ ਸਿੱਧਾ ਦਿਮਾਗ ਰਿਹਾ ਚੰਡੀਗੜ੍ਹ ਚਲੇ ਗਏ ਐਮਬੀਏ ਦਾ ਪਲਾਨ ਦੇਖਿਆ ਥੋੜ੍ਹਾ ਜਿਹਾ ਕੰਮ ਕੀਤਾ ਸਿਸਟਮ ਨੂੰ ਫਾਲੋ ਕੀਤਾ ਐਮਬੀਏ ਦੀ ਗੱਲ ਸੁਣੀ ਪ੍ਰੋਡਕਟ ਸਿੱਖੇ ਡਾਇਮੰਡ ਚਲੇ ਗਏ ਸਨ ਤਾਂ ਪਤਾ ਵੀ ਨਹੀਂ ਚੱਲਿਆ ਕਿਵੇਂ ਹੋ ਗਿਆ ਇੱਦਾਂ ਜਿੱਦਾਂ ਚੁੱਪ ਚ ਵੀ ਤੇ ਕੰਮ ਹੋ ਗਿਆ ਬਟ ਜਸਟ ਇਸ ਬਿਜ਼ਨਸ 'ਤੇ ਟਰੱਸਟ ਕਰੋ ਆਪਣੇ ਸੱਜਣ ਕਹਿ ਰਿਹਾ ਸੀ ਟਰੱਸਟ ਕਿੱਡੀ ਵੱਡੀ ਪਾਵਰ ਆ ਜਸਟ ਇਹਦੀ ਪਾਵਰ ਨੂੰ ਟਰੱਸਟ ਕਰੋ ਇਸ ਬਿਜ਼ਨਸ ਨੂੰ ਡਿਜ਼ਾਈਨ ਕਰੋ ਆਪਣੀ ਸਕਸੈਸ ਨੂੰ ਡੋਂਟ ਲੈਟ ਇਟ ਗੋ ਗੈਟ ਇਟ ਗੋ ਇਸਕੋ ਕਰਨਾ ਹੈ ਉਹਨੇ ਨਹੀਂ ਦੇਣਾ ਔਰ ਜਿਹਨਾਂ ਦੇ ਅੰਦਰ ਕੰਸਿਸਟੈਂਟ ਜਾਂ ਪਰਸਿਸਟੈਂਸ ਜਾਂ ਲੌਂਗ ਟਰਮ ਪਾਵਰ ਹੈ ਡਿਟਰਮੀਨੇਸ਼ਨ ਹੈ ਪੰਨੂ ਸਾਹਿਬ ਨੇ ਕਿਹਾ ਉਹਨੇ ਉਹ ਕੁਛ ਵੀ ਕਰ ਸਕਦੇ ਆ ਕੁਛ ਵੀ ਕਰ ਸਕਦੇ ਆ ਡਾਇਮੰਡ ਜਾਣਾ ਤਾਂ ਕੁਛ ਵੀ ਨਹੀਂ ਹੈ ਮੈਨੂੰ ਇੱਕ ਸਟੋਰੀ ਯਾਦ ਆ ਕਿ ਛੋਟੀ ਜਿਹੀ ਹੈ ਇੱਕ ਵਾਰੀ ਇੱਕ ਚਿੜੀ ਦਾ ਆਲੜਾ ਸੀਗਾ ਸਮੁੰਦਰ ਦੇ ਕੰਢੇ 'ਤੇ ਔਰ ਸਮੁੰਦਰ ਦੀ ਜ਼ੋਰ ਦੀ ਛਾਲ ਆਈ ਔਰ ਉਹਦੇ ਬੱਚੇ ਨਾਲ ਹੀ ਲੈ ਗਏ ਔਰ ਚਿੜੀ ਨੇ ਆ ਕੇ ਵੇਖਿਆ ਕਿ ਮੇਰੇ ਬੱਚੇ ਤਾਂ ਲੈ ਗਈ ਹੈ ਚਿੜੀ ਆ ਕੇ ਸਮੁੰਦਰ ਦੇ ਸਾਹਮਣੇ ਕੜ ਗਈ ਕਹਿੰਦੀ ਮੇਰੇ ਬੱਚੇ ਵਾਪਸ ਕਰ ਦੇ ਨਹੀਂ ਤਾਂ ਤੂੰ ਜਾਣਦਾ ਨਹੀਂ ਮੈਨੂੰ ਸਮੁੰਦਰ ਅੱਗੋਂ ਹੱਸਿਆ ਹਾ 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 ਤੂੰ ਵੀ ਕਰ ਲੈਂਗੀ ਉਹ ਕਹਿੰਦੀ ਮੇਰੇ ਬੱਚੇ ਵਾਪਸ ਕਰ ਦੇ ਨਹੀਂ ਤਾਂ ਮੈਂ ਤੇਰਾ ਸਾਰਾ ਪਾਣੀ ਕੱਢ ਕੇ ਬਾਹਰ ਮਾਰੂੰਗੀ ਉਹ ਅੱਗੋਂ ਹੱਸੇ ਔਰ ਰੱਬ ਆ ਗਿਆ ਅਤੇ ਰੱਬ ਕਹਿੰਦਾ ਸਮੁੰਦਰ ਨੂੰ ਸਮਝਾਉਣ ਲੱਗਿਆ ਜਾ ਕੇ ਕਹਿੰਦਾ ਉਹਦੇ ਬੱਚੇ ਵਾਪਸ ਕਰ ਦੇ ਵਿਚਾਰੀ ਦੇ ਨਹੀਂ ਤਾਂ ਉਹ ਬਹੁਤ ਤੇਰਾ ਬੁਰਾ ਹਾਲ ਕਰ ਦੇ ਕਿ ਮੈਂ ਦੇਖਿਆ ਉਹਦੀ ਲਗਨ ਉਹਦੇ 'ਚ ਲਗਨ ਬੜੀ ਹੈ ਕਮਿਟਮੈਂਟ ਬਹੁਤ ਹੈ ਬਹੁਤ ਬਹੁਤ ਫੋਕਸਡ ਹੈ ਉਹ ਬਹੁਤ ਬਹੁਤ ਜਾਨ ਆ ਗਈ ਉਹਦੇ ਵਿੱਚ ਚਿੜੀ ਦੇ ਤੇਰਾ ਬੁਰਾ ਹਾਲ ਕਰ ਦੇਗੀ ਸਮੁੰਦਰ ਕਹਿੰਦਾ ਉਹਨੂੰ ਕਹਿ ਦੋ ਜੋ ਕਰਨਾ ਕਰ ਲੈ ਰੱਬ ਕਹਿੰਦਾ ਇਹ ਗੱਲ ਆ ਅਤੇ ਮੈਂ ਉਹਦੇ ਨਾਲ ਹੀ ਸੋਚ ਲਾ ਕਹਿੰਦਾ ਫਿਰ ਮੈਂ ਉਹਦੇ ਵੱਲ ਦਾ ਹੀ ਸਮੁੰਦਰ ਥਰ ਥਰ ਕੰਬਣ ਲੱਗ ਗਿਆ ਬੱਚੇ ਵਾਪਸ ਕਰਦੇ ਯੂ ਪਲੱਸ ਗੋਡ ਇਜ ਮੈਜੋਰਿਟੀ ਯੂ ਪਲੱਸ ਗੋਡ ਇਜ ਮੈਜੋਰਿਟੀ ਜਿੱਦਾਂ ਤੁਹਾਨੂੰ ਇਹ ਪਤਾ ਚੱਲ ਗਿਆ ਤੁਹਾਡੀ ਕਮਿਟਮੈਂਟ ਤੁਹਾਡੀ ਜਾਨ ਤੁਹਾਡੀ ਹਿੰਮਤ ਤੁਹਾਡੀ ਕੰਸਿਸਟੈਂਸੀ ਪੱਥਰ ਦੇ ਵਿੱਚ ਇੱਕ ਪਾਣੀ ਦਾ ਤੁਪਕਾ ਮੋਰੀ ਕਰ ਦਿੰਦਾ ਹੈ ਜਦ ਉਹਦੇ ਵਿੱਚੋਂ ਜਾਨ ਆ ਜਾਂਦੀ ਹੈ ਜਦ ਉਹਦੀ ਕੰਸਿਸਟੈਂਸੀ ਆ ਜਾਂਦੀ ਹੈ ਯੂ ਕੈਨ ਆਲਸੋ ਡੂ ਡਾਇਮੰਡ ਇਜ਼ ਨਾਟ ਕੋਈ ਬੜੀ ਬਿਗ ਗੇਮ ਨਹੀਂ ਹੈ ਐਨੀਬਾਡੀ ਇਨ ਦੀ ਵਰਲਡ ਕੈਨ ਗੋ ਡਾਊਨ ਤੁਸੀਂ ਸਾਰੇ ਜਾ ਸਕਦੇ ਹੋ ਇਹ ਪਿੰਡ ਮੱਝਾਂ ਚਾਰਦੇ ਟਰੈਕਟਰ ਚਲਾਉਂਦੇ ਚੰਡੀਗੜ੍ਹ ਆਇਆ ਕਿ ਡਾਇਮੰਡ ਬਣ ਕੇ ਤੁਸੀਂ ਕਿਉਂ ਨਹੀਂ ਬਣ ਸਕਦੇ ਯੂ ਆਰ ਬੈਟਰ ਦੈਨ ਅਸ ਐਨੀਬਾਡੀ ਇਨ ਦੀ ਵਰਲਡ ਕੈਨ ਗੋ ਡਾਇਮੰਡ ਸਾਡੇ ਨਾਲ ਪ੍ਰਸ਼ਾਂਤ ਸਚਿਨ ਦੂਸਰਾ ਪ੍ਰਸ਼ਾਂਤ ਜੂਨੀਅਰ ਔਰ ਐਮਵੀਏ ਖੜੀ ਹੈ ਸਾਡੇ ਨਾਲ ਔਰ ਅਪਲਾਈਨ ਖੜੀ ਹੈ ਅਪਲਾਈਨ ਇਜ਼ ਲਾਈਕ ਯੂਅਰ ਫੈਮਿਲੀ ਅਪਲਾਈਨ ਉਨਾ ਹੀ ਪਿਆਰ ਕਰਦੀ ਹੈ ਤੁਹਾਨੂੰ ਜਿੰਨਾ ਤੁਹਾਡੇ ਮਾਂ ਬਾਪ ਤੁਹਾਨੂੰ ਕਰਦੇ ਰਹੇ ਨੇ ਬਚਪਨ ਦੇ ਵਿੱਚ ਯੈਸ ਜਸਟ ਫਾਲੋ ਯੂਅਰ ਅਪਲਾਈਨ ਫਾਲੋ ਦਾ ਸਿਸਟਮ ਐਂਡ ਫਾਲੋ ਦਾ ਐਮਵੀਏ ਐਮਵੀ ਪੀਪਲ ਐਂਡ ਯੂ ਵਿਲ ਬੀ ਡਾਇਮੰਡ ਲਾਈਕ ਅਸ ਐਂਡ ਕ੍ਰਾਊਨ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੁਣੇ ਜਿੱਦਾਂ ਸਚਿਨ ਜੀ ਨੇ ਬੋਲਿਆ ਕਿ ਸਕਸੈਸ ਨੂੰ ਪਲੈਨ ਕਰਨਾ ਪੈਂਦਾ ਸੇਮ ਵੇ ਅਸੀਂ ਸਭ ਤੋਂ ਪਹਿਲਾਂ ਡਿਸਾਈਡ ਕਰਨਾ ਡਿਸਾਈਡ ਕਰਨ ਤੋਂ ਬਾਅਦ ਲਰਨ ਕਰਨਾ ਲਰਨ ਕਰਨ ਤੋਂ ਬਾਅਦ ਸ਼ੇਅਰ ਕਰਨਾ ਐਂਡ ਗਰੋ ਕਰਨਾ ਥੈਂਕ ਯੂ ਵੈਰੀ ਮਚ ਗੋ ਗਰੋ